ਯਾਰ ਇੱਕੋ ਮੂੰਹ ਤੇ ਇੰਨੀਆਂ ਸ਼ੀਸ਼ਿਆਂ ਨੂੰ ਖੱਟ ਖੱਟ ਕੇ ਕੀ ਲਾਉਂਦੇ ਹੋਣਗੇ? ਉਹ ਕੀ ਪਤਾ ਭਰਾਵਾ ਕੀ ਲਾਉਂਦੇ, ਮੈਂ ਲਾਉਂਦਾ ਰਿਹਾ। ਮੈਂ ਤਾਂ ਜੂੰ ਜੰਮਿਆ ਆਪਣੇ ਮੂੰਹ ਤੇ ਨੀ ਕਦੀ ਕਰੀਮ ਲਾਈ। ਨਿੱਕੇ ਹੁੰਦਿਆਂ ਮਾਂ ਅੱਧਾ ਕਿਲੋ ਸਰੋਂ ਦੇ ਤੇਲ ਨਾਲ ਮੂੰਹ ਚੋਪੜ ਕੇ ਸਕੂਲੇ ਭੇਜ ਦਿੰਦੀ ਹੁੰਦੀ ਸੀ। ਟੀਚਰਾਂ ਨੇ ਟੀਚਰਾਂ ਕਰਨੀਆਂ, ਤੂੰ ਇਹਦੀ ਮਾਂ ਇਹਨੂੰ ਤਲ ਕੇ ਭੇਜਦੀ ਸਵੇਰੇ ਸਵੇਰੇ। ਉਹ ਯਾਰ ਅਸੀਂ ਤੇ ਐਵੇਂ ਕੁੜੀਆਂ ਵੱਲ ਵੇਖ ਕੇ ਸਿੱਧੀਆਂ ਮਾਰਦੇ ਰਹਿੰਦੇ ਹਾਂ। ਉਹ ਸਾਰਾ ਜਲਵਾ ਦੇਣਾ ਕਰੀਮਾਂ ਦਾ ਹੁੰਦਾ ਜੀ। ਹੈ ਤੇ ਜਲਵਾ ਕਰੀਮਾਂ ਦਾ ਹੀ, ਪਰ ਕਰਨਾ ਕੀ ਇਹਨਾਂ ਦਾ, ਲਾਉਣੀਆਂ ਕਿੱਦਾਂ? ਮੈਨੂੰ ਤੇ ਕੱਖ ਨੀ ਪਤਾ, ਲੈ ਤੇ ਲਿਆ ਪੰਗਾ ਸੀ ਸਾਡਾ ਤੇ ਉਹ ਸਾਹ ਸੀ, ਕੰਜਰੀ ਨੂੰ ਪੀਣਾ ਪੈ ਗਿਆ। ਲੱਗਦਾ ਕੋਈ ਗਾਹਕ ਆਓ ਜੀ, ਅੰਦਰ ਆਓ, ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆਓ ਜੀ ਆਓ ਜੀ ਆਓ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸਭ ਠੀਕ ਹੈ ਜੀ? ਭਾਈ ਸਾਹਿਬ ਆਪਣੇ ਬਿਊਟੀਸ਼ੀਅਨ ਨੂੰ ਬੁਲਾਓ ਜਰਾ। ਬਿਊਟੀਸ਼ੀਅਨ? ਬਿਊਟੀਸ਼ੀਅਨ ਬਿਊਟੀਸ਼ੀਅਨ ਸਾਡੀ ਹੈਗੀ ਹੈ ਜੀ, ਪਰ ਉਹ ਕਿਸੇ ਦੂਸਰੇ ਪਾਰਲਰ ਗਈ ਹੈ ਤਿਆਰ ਹੋਣ ਵਾਸਤੇ। ਦੂਜੇ ਪਾਰਲਰ ਤੇ ਤਿਆਰ ਹੋਣ ਗਈ ਹੈ ਜੀ? ਅਸੀਂ ਆਪਣਾ ਪਾਰਲਰ ਹੈਗਾ ਜੀ ਸਾਡੇ, ਦਰਅਸਲ ਕਈ ਪਾਰਲਰ ਹੈਗੇ ਨੇ, ਇੱਕ ਥੋੜਾ ਜਿਹਾ ਚੇਂਜ ਨਹੀਂ ਚੱਲਦੀ ਹੈ ਪੂਰੀ ਪਾਰਲਰਾਂ ਦੀ। ਤੁਸੀਂ ਤਿੰਨਾਂ ਨੇ ਤਿਆਰ ਹੋਣਾ ਜੀ? ਨਹੀਂ ਜੀ, ਬਸ ਤੈਨੂੰ ਹੀ ਤਿਆਰ ਕਰਨਾ, ਇਹਦਾ ਹੀ ਵਿਆਹ ਹੈ। ਵੈਸੇ ਜੇ ਤੁਸੀਂ ਤਿੰਨੇ ਤਿਆਰ ਹੋ ਜਾਂਦੀਆਂ ਨਾ, ਤੁਹਾਨੂੰ ਸਸਤਾ ਬਹੁਤ ਪੈਣਾ ਸੀ ਇਹ ਪੈਕੇਜ, ਤਿੰਨਾਂ ਨੂੰ ਬਹੁਤ ਸਸਤਾ ਪੈਣਾ ਸੀ। ਨਹੀਂ ਜੀ, ਸਾਡਾ ਹਜੇ ਵਿਆਹ ਨਹੀਂ ਰੱਖਿਆ। ਲੈ ਵਿਆਹ ਦਾ ਕੀ ਹੈ, ਇਹਦੀ ਬਰਾਤ ਆਉਣੀ ਹੈ, ਇਹਦੀ ਬਰਾਤ ਵਿੱਚ ਅੱਛੇ ਜਿਹੇ ਮੁੰਡੇ ਤੁਸੀਂ ਵੀ ਛਾਂਟ ਲਿਓ, ਉਹਨਾਂ ਦੇ ਵਿੱਚ ਹੀ ਤੁਹਾਡਾ ਵਿਆਹ ਹੋ ਜਾਣਾ, ਇੱਕੋ ਖਰਚੇ 'ਚ ਤਿੰਨ ਤਿੰਨ ਵਿਆਹ। ਭਾਜੀ ਆਪਣੀ ਬਿਊਟੀਸ਼ੀਅਨ ਨੂੰ ਬੁਲਾਓ, ਆ ਕੇ ਕੁੜੀ ਨੂੰ ਤਿਆਰ ਕਰੇ, ਅਸੀਂ ਅੱਗੇ ਬੜੇ ਲੇਟ ਆ। ਦੁਲਹਨ ਤੇ ਅਸੀਂ ਆਪ ਤਿਆਰ ਕਰਦੇ ਹਾਂ ਜੀ। ਨਿੱਕ ਤੁਸੀਂ? ਤੁਸੀਂ ਘਬਰਾਉਣਾ ਜੀ, ਅਸੀਂ ਚੀਨ ਦੇ ਪਾਈ ਫੂ ਸ਼ੀ ਤੇ ਜਾਪਾਨ ਦੇ ਪਾਈ ਫੂ ਪੀ ਬਿਊਟੀ ਇੰਸਟੀਚਿਊਟ ਤੋਂ ਟ੍ਰੇਨਿੰਗ ਲਈ ਹੋਈ ਹੈ। ਅਸੀਂ ਤੇ ਵੱਡੀਆਂ ਵੱਡੀਆਂ ਹੀਰੋਇਨਾਂ ਨੂੰ ਤਿਆਰ ਕੀਤਾ ਜੀ। ਇਹ ਰਾਖੀ ਸਾਹਿਬ ਕਈ ਵਾਰੀ ਸਵੇਰੇ 7 ਵਜੇ ਆ ਕੇ ਗੇਟ ਤੇ ਬਹਿ ਜਾਂਦੀ ਹੈ। ਤੇ ਹੋਰ? ਹਾਂ ਸ਼੍ਰੀਦੇਵੀ ਕਈ ਵਾਰੀ ਅਨਿਲ ਕਪੂਰ ਕੋਲ ਫੋਨ ਕਰਾ ਦਿੰਦੀ ਹੈ, ਆਈ ਯਾਰ ਭਾਬੀ ਜੀ ਦਾ ਮੇਕਅਪ ਕਰਨਾ, ਬੰਬੇ ਪਹੁੰਚੋ ਟਾਈਮ ਸਿਰ। ਭਾਜੀ ਜੇ ਕੋਈ ਲੜਕੀ ਮੇਕਅਪ ਕਰ ਸਕਦੀ ਹੈ ਦੱਸੋ, ਨਹੀਂ ਤਾਂ ਆਪਾਂ ਕਿਤੇ ਹੋਰ ਚਲ ਜਾਂਦੇ ਆ। ਨਾ ਬਿਊਟੀਸ਼ੀਅਨ ਨੂੰ ਲਿਆ ਜਾਂਦੇ ਜੀ, ਹੈ ਕਿਉਂ ਨਹੀਂ ਬਿਊਟੀਸ਼ੀਅਨ? ਇੱਦਾਂ ਕਰ ਬਿੱਲੂ, ਤੂੰ ਆਪ ਉੱਧਰ ਚਲਾ ਜਾ ਤੇ ਬਿਊਟੀਸ਼ੀਅਨ ਨੂੰ ਇੱਧਰ ਭੇਜ ਦੇ। ਹਾਂਜੀ ਮੈਂ ਠੀਕ ਆ ਭਾਈ, ਮੈਂ ਹੁਣੇ ਭੇਜਦਾ, ਇੱਕ ਮਿੰਟ ਪਿੱਛੇ ਹੋ ਜਰਾ। ਆ ਗਈ ਜੀ ਬਿਊਟੀਸ਼ੀਅਨ, ਹੁਣੇ ਆ ਜਾਣੀ, ਤੁਸੀਂ ਬੈਠੋ ਨਹੀਂ ਫਿਰ ਆਰਾਮ ਕਰ ਲਓ, ਬਸ ਆਉਂਦੀ ਹੁਣ, ਵੇਟ ਕਰਦੇ। ਮੈਕਸ ਮੀ ਫੀਲ ਸੋ ਗੁੱਡ। ਲਓ ਜੀ ਆ ਬਿਊਟੀਸ਼ੀਅਨ ਆ ਗਈ ਸਾਡੀ, ਆ ਜਾਓ ਮੈਡਮ, ਆ ਜਾਓ, ਤੁਹਾਡੀ ਵੇਟ ਹੋ ਰਹੀ ਸੀ। ਤੁਸੀਂ ਫਿਕਰ ਨਾ ਕਰੋ ਜੀ, ਕੁੜੀ ਤਾਂ ਤੁਹਾਡੀ ਬਣਾ ਦਿਆਂਗੇ, ਮਾਧੁਰੀ ਦੀਕਸ਼ਿਤ। ਜਦ ਤੱਕ ਆਪ ਨੀ ਨਾ ਬੋਲੇਗੀ, ਤੁਹਾਡੇ ਕੋਲ ਪਛਾਣੀ ਨੀ ਜਾਣੀ ਵੀ ਤੁਹਾਡੀ ਹੀ ਕੁੜੀ ਹੈ। ਚਲੋ ਫਿਰ ਆਪਾਂ ਜਿਹੜਾ ਬਾਜ਼ਾਰ ਵਾਲਾ ਕੰਮ ਨਿਬੇੜ ਲਈਏ, ਥੋੜਾ ਜਲਦੀ ਕਰ ਦਿਓ। ਹਾਂਜੀ 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 ਠੀਕ ਹੈ ਜੀ। ਮਾਰੀ ਜਾਂਦੇ ਹੋ ਮੇਰੇ ਮੂੰਹ ਤੇ? ਦੇਖੋ ਜੀ ਮਿਕਸ ਵੈਜੀਟੇਬਲਸ ਤਾਂ ਸਾਰੀਆਂ ਸਬਜ਼ੀਆਂ ਪੈਂਦੀਆਂ ਨੇ। ਭਾਜੀ ਆਹ ਕੀ ਕਰੀ ਜਾਂਦੇ ਹੋ? ਦੇਖੋ ਜੀ ਮਿਕਸ ਵੈਜੀਟੇਬਲ ਦੇ ਵਿੱਚ ਮਸਾਲੇ ਪੈਣਗੇ ਤੇ ਸਬਜ਼ੀ ਸਵਾਦ ਬਣੇਗੀ ਨਾ, ਐਮ ਡੀ ਐਚ ਐਮ ਡੀ ਐਚ। ਐ ਤੇ ਹੋਰ ਹੀ ਕੁਛ ਬਣ ਗਿਆ। ਮੇਕਅਪ ਗਿੱਲਾ ਗਿੱਲਾ ਹੈ ਨਾ, ਸੁੱਕ ਕੇ ਠੀਕ ਹੋ ਜਾਣਾ। ਅੱਛਾ ਅੱਛਾ, ਪਰ ਆਪਾਂ ਫਿਲਹਾਲ ਇੱਦਾਂ ਕਰਦੇ ਹਾਂ,
ਕੁੰਡ ਕਢਾ ਕੇ ਤੋੜ ਦਿੰਨੇ ਬਾਅਦ ਚ ਵੇਖੀ ਜਾਏਗੀ। ਦੀਦੀ ਸ਼ੀਸ਼ਾ ਤੇ ਦਿਖਾ ਦੇ ਕਰੀ, ਮੈਂ ਦੇਖ ਤਾ ਲਾਂ ਮੈਂ ਕਿੱਦਾਂ ਦੀ ਲੱਗ ਰਹੀ। ਨੋ 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 ਨੋ, ਬਹੁਤ ਸੋਹਣੀ ਲੱਗ ਰਹੀ ਤੁਸੀਂ, ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੇ ਹੋ। ਮਤਲਬ ਦੇਖੋ ਜੀ, ਤੁਮ ਕਰ ਲੋ ਕੁੰਡ, ਕਈ ਵਾਰੀ ਬੰਦੇ ਨੂੰ ਆਪਣੀ ਨਜ਼ਰ ਲੱਗ ਜਾਂਦੀ ਹੁੰਦੀ ਹੈ, ਠੀਕ ਹੈ। ਸ਼ੀਸ਼ਾ ਬਿਲਕੁਲ ਨਹੀਂ ਵੇਖਣਾ, ਇੱਥੇ ਤੇ ਬਿਲਕੁਲ ਮਨਾ ਹੈ ਨਾ ਸ਼ੀਸ਼ਾ ਦੇਖਣਾ। ਬਿਲਕੁਲ ਠੀਕ, ਇੱਥੇ ਫੋਟੋਆਂ ਖਿਚਾਓ, ਇੱਥੇ ਸਰ ਨੂੰ ਮਿਲੋ, ਇੱਥੇ ਸ਼ਗਨ ਫੜੋ। ਬਹੁਤੀ ਨੀ ਸੱਦ ਕੇ ਜਾਵਾਂ, ਇੱਕ ਵਾਰ ਘੁੰਡ ਤਾਂ ਚੱਕ ਦੇ ਬੰਨੋ ਰਾਣੀ। ਨਾ ਜੀ ਨਾ, ਘੁੰਡ ਤੇ ਦੁੱਲਾ ਹੀ ਚੁੱਕੇਗਾ ਹੁਣ, ਬਸ ਤੁਸੀਂ ਨਹੀਂ। ਪਰ ਸਰ ਤੁਸੀਂ ਆਪਣੇ ਪੈਸੇ ਦੱਸੋ ਤੇ ਅਸੀਂ ਹੁਣ ਜਾਈਏ। ਕੋਈ ਨੀ ਜੀ, ਤੁਸੀਂ ਵਿਆਹ ਤੋਂ ਫ੍ਰੀ ਹੋ ਜਾਓ, ਪੈਸੇ ਫੇਰ ਕਰ ਲਾਂਗੇ। ਨਾ ਦੇਖਣਾ ਨਹੀਂ, ਲੈ ਜਾਓ ਲੈ ਜਾਓ, ਕੋਈ ਨੀ, ਕਰੋ ਫੇਰੇ ਜਾ ਕੇ। ਆਲ ਦਾ ਬੈਸਟ। ਮੇਕਅਪ 'ਚ ਭਾਵੇਂ 19-21 ਦਾ ਫਰਕ ਰਹਿ ਗਿਆ ਹੋਵੇ, ਪਰ ਮੇਕਅਪ ਹੋਇਆ ਬੜਾ ਪੱਕਾ ਹੈ। ਚਲੋ ਜੀ, ਦੋਨੇ ਵਾਲਾ ਕੰਮ ਹੈ, ਮਹਾਰਾਜ ਮੇਰ ਕਰੇ ਬਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਸ਼ਾਦੀ ਵਾਲੀ ਲੜਕੀ ਇੱਥੋਂ ਹੀ ਤਿਆਰ ਹੋ ਕੇ ਗਈ ਜੀ? ਹਾਂਜੀ ਹਾਂਜੀ, ਇੱਥੇ ਹੀ ਤਿਆਰ ਹੋਈ ਹੈ ਜੀ। ਤੁਹਾਨੂੰ ਉਹਨਾਂ ਨੇ ਵਿਆਹ 'ਚ ਬੁਲਾਇਆ ਜੀ ਉੱਥੇ ਜਾਣਾ। ਉਹ ਕਿਉਂ ਜੀ? 10-12 ਵਿਆਹਾਂ ਦੀ ਹੋਰ ਬੁਕਿੰਗ ਮਿਲਣੀ ਤੁਹਾਨੂੰ, ਉਹ ਨਾਲੇ ਤਾਂ ਕਹਿ ਰਹੇ ਸੀ ਕਿ ਅੱਜ ਦੀ ਪੇਮੈਂਟ ਲੈ ਜਾਓ ਤੇ ਨਾਲੇ ਐਡਵਾਂਸ ਲੈ ਲਓ। ਚਲੋ ਜੀ, ਰੱਖੋ ਇਹਨੂੰ। ਚਲੋ ਜੀ, ਚਲੋ ਚਲੋ ਜੀ, ਚਲੋ ਜੀ, ਚਲੋ ਜੀ। ਸਾਰੇ ਉਦਾਸ ਬੈਠੇ ਆ, ਤੋੜੀ ਤੋਰ ਘਟੇ ਲੱਗਦੇ ਆ। ਹੋ ਜਾਂਦਾ ਹੋ ਜਾਂਦਾ, ਆਓ ਜੀ ਆਓ। ਹਾਂਜੀ, ਐ ਨੇ ਜਿਹਨਾਂ ਨੇ ਲੜਕੀ ਦਾ ਮੇਕਅਪ ਕੀਤਾ। ਹਾਂਜੀ, ਇਹਨਾਂ ਨੇ ਕੀਤਾ ਜੀ, ਇਹਨਾਂ ਨੇ ਕੀਤਾ ਜੀ ਮੇਕਅਪ, ਇਹਨਾਂ ਨੇ ਕੀਤਾ ਜੀ ਮੇਕਅਪ ਲੜਕੀ ਦਾ। ਕੋਲੇ ਇਹਨਾਂ ਨੇ ਕੀਤਾ ਸੀ ਲੜਕੀ ਦਾ ਮੇਕਅਪ। ਸਹੀ ਪੁੱਛਣਾ ਹੈ ਤੁਸੀਂ। ਇੱਕ ਤੇਰੀ ਭੈਣ ਵੀ ਸੀ ਮੇਕਅਪ ਕਰਦੀ, ਉਹਨੂੰ ਨਹੀਂ ਲਿਆ ਨਾਲ? ਸੱਚ ਦੱਸੀਏ ਜੀ, ਭੈਣ ਭੂਣ ਸਵਾਹ ਜੀ, ਇਹ ਤੇ ਆਪ ਹੀ ਕੁੜੀਆਂ ਵਾਲੇ ਕੱਪੜੇ ਪਾ ਕੇ ਆਇਆ ਸੀ ਆਪਣੀ ਨਕਲੀ ਭੈਣ ਬਣ ਕੇ। ਜੇ ਮੈਂ ਆਪਣੀ ਭੈਣ ਨਾ ਨਾ ਬਣਦਾ, ਫਿਰ ਤੁਸੀਂ ਆਪਣੀ ਭੈਣ ਦਾ ਮੇਕਅਪ ਨਹੀਂ ਸੀ ਕਰਾਉਣਾ ਸਾਡੇ ਕੋਲ। ਤੁਹਾਡੀ ਤਾਂ ਕੁੜੀ ਬਾਈ ਗੋਡ ਭੁਲੇਖੇ ਜੀ ਰਹੀ ਜੇ, ਇਹਦੇ ਹੀ ਹੱਥ ਫੜ ਫੜ ਕੇ ਕਹੀ ਜਾਂਦੀ ਸੀ। ਹਾਏ ਦੀਦੀ, ਤੁਹਾਡੇ ਹੱਥ ਕਿੰਨੇ ਸੌਫਟ ਨੇ ਬਾਈ ਗੋਡ। ਕੀ ਹੋਇਆ ਭਾਜੀ, ਕੀ ਹੋਇਆ, ਕੀ ਇਹ ਤੇ ਦੱਸੋ। ਭਾਜੀ, ਸਾਡੇ ਕੰਮ ਦਾ ਚੰਗਾ ਇਨਾਮ ਦੇਣ ਡਏ ਸਾਨੂੰ ਤੁਸੀਂ। ਸੋਰੀ ਦਿਓ, ਤੁਸੀਂ ਤੇ ਕਹਿੰਦੇ ਸੀ ਕੁੜੀ ਨੂੰ ਉਹ ਕੀ ਕਹਿੰਦੇ ਮਾਧੁਰੀ ਦੀਕਸ਼ਿਤ ਬਣਾ ਲਾਂਗੇ। ਉਹ ਤੇ ਅਸੀਂ ਬਣਾਤੀ ਸੀ ਜੀ, ਪਰ ਤੁਸੀਂ ਸਾਨੂੰ ਕਿਉਂ ਮਤਲਬ ਸ਼ੋਲੇ ਫਿਲਮ ਵਾਲੇ ਕਾਲੀਆ ਬਣਾਈ ਜਾਂਦੇ ਹੋ? ਉੱਲੂ ਦੇ ਪੱਠਿਓ, ਇੰਨਾ ਗੰਦਾ ਮੇਕਅਪ ਕੀਤਾ ਕੁੜੀ ਦਾ, ਫੋਟੋਗ੍ਰਾਫਰ ਨੇ ਘੁੰਡ ਚੁਕਾਇਆ ਫੋਟੋ ਖਿੱਚਣ ਵਾਸਤੇ ਕੁੜੀ ਦੀ, ਤੇ ਚੀਕਾਂ ਮਾਰ ਕੇ ਭੱਜ ਗਿਆ, ਤੇ ਬੱਚੇ ਤੇ ਟਿੱਕੀਆਂ ਚਾਟਾ ਛੱਡ ਕੇ ਪਤਾ ਨਹੀਂ ਕਿੱਥੇ ਭੱਜ ਗਏ। ਦੋ ਬੱਚੇ ਤਾਂ ਅਜੇ ਨਹੀਂ ਲੱਭਣ ਡੇ, ਪਤਾ ਨਹੀਂ ਕਿੱਥੋਂ ਲੁਕੇ ਬੈਠੇ ਡਰ ਕੇ। ਸ਼ਗਨ ਪਾਉਣ ਵੀ ਕੋਈ ਨੇੜੇ ਨਹੀਂ ਸੀ ਜਾਂਦਾ ਕੁੜੀ ਦੇ, ਵੇਟਰਾਂ ਹੱਥ ਭੇਜੇ ਲੋਕਾਂ ਨੇ ਸ਼ਗਨ। ਮੁੰਡੇ ਵਾਲੇ ਤੇ ਪੁਲਿਸ ਬੁਲਾਉਣ ਨੂੰ ਫਿਰਦੇ ਸੀ, ਕਹਿੰਦੇ ਕੁੜੀ ਦਿਖਾਈ ਕੋਈ ਹੋਰ ਹੈ ਤੇ ਵਿਆਹੀ ਕੋਈ ਹੋਰ ਜਾਂਦੇ। ਤੁਸੀਂ ਕੁੜੀ ਦਾ ਮੂੰਹ ਧੋ ਕੇ ਮੇਕਅਪ ਲਵਾ ਦੇਣਾ ਸੀ। ਕਮਾਲ ਕਰਦਾ, ਕੁੜੀ ਨੇ 1.5 ਘੰਟਾ ਗਰਮ ਪਾਣੀ ਵਿੱਚ ਮੂੰਹ ਪਾ ਛੱਡਿਆ, ਕੁੜੀ ਦਾ ਮੂੰਹ ਉੱਪਰ ਗਿਆ, ਮੇਕਅਪ ਨਹੀਂ ਲਿਖਾ। ਉਹ ਤੇ ਕੁੜੀ ਕਹਿੰਦੀ ਸੀ ਮੇਕਅਪ ਪੱਕਾ ਹੋਣਾ ਚਾਹੀਦਾ ਜਿਹੜਾ ਗਰਮੀ 'ਚ ਲੱਦੇ ਨਾ, ਤੇ ਮੈਂ ਪੈਂਚਰ ਲਾਉਣ ਵਾਲਾ ਸਲੋਸ਼ਨ ਪਾਤਾ ਕਰੀਮ 'ਚ। ਦੇਖੋ ਨਾ ਜੀ, ਗਲਤੀ ਤੇ ਫਿਰ ਤੁਹਾਡੀ ਹੈ, ਹੁਣ ਸਲੋਸ਼ਨ ਲੱਗਾ ਸੀ ਮੇਕਅਪ ਦੇ ਵਿੱਚ ਤੇ ਤੁਹਾਨੂੰ ਕੁੜੀ ਦਾ ਮੂੰਹ ਧਵਾਉਣਾ ਚਾਹੀਦਾ ਸੀ ਤਾਰਪੀਨ ਦੇ ਤੇਲ ਨਾਲ। ਦੁੱਧ ਦਾ ਰੰਗ ਪੀਲਾ ਹੈ, ਕੇਸਰ ਵਾਲਾ ਦੁੱਧ ਪੀ ਰਿਹਾ? ਕਾਨੂੰ ਭਰਾਵਾ, ਮੇਰੇ ਗੁੱਜੀਆਂ ਸੱਟਾਂ ਬਹੁਤੀਆਂ ਲੱਗੀਆਂ ਸੀ, ਮੈਂ ਹਲਦੀ ਵਾਲਾ ਦੁੱਧ ਪੀਣ ਡਿਆ। ਵੈਸੇ ਯਾਰ, ਆਪਣਾ ਮੇਕਅਪ ਕੁੜੀ ਵਾਲਿਆਂ ਨੇ ਕੁੜੀ ਤੋਂ ਜ਼ਿਆਦਾ ਨਹੀਂ ਕਰਤਾ? ਬਸ ਜੀ, ਆਪੋ ਆਪਣਾ ਹੁਨਰ ਹੁੰਦਾ, ਅਗਲਿਆਂ ਨੇ ਬਿਨਾਂ ਸਮਾਨ ਤੋਂ ਹੀ ਆਪਣਾ ਮੇਕਅਪ ਕਰ ਦਿੱਤਾ। ਚਲੋ ਜੀ, ਫਿਰ ਜਿਹੜੀ ਕਿਸਮਤ 'ਚ ਮਾਰ ਲਿਖੀ ਉਹ ਤਾਂ ਪੈਂਦੀ ਹੈ ਨਾ ਫਿਰ। ਇਹ ਕਿਸਮਤ ਦੀ ਮਾਰ ਨਹੀਂ, ਲੋਕਾਂ ਦੀ ਮਾਰ ਹੈ। ਕਿਸਮਤ ਵੱਖੀ 'ਚ ਠੁੱਡ ਥੋੜ੍ਹਾ ਮਾਰਦੀ ਅਤੇ ਨਾ ਹੀ ਆ ਮੱਥੇ 'ਚ ਕੁਰਸੀ ਮਾਰਦੀ ਕਿਸਮਤ। ਲੋਕਾਂ ਨੇ ਠੁੱਡ 'ਤੇ ਸਾਨੂੰ ਇੱਦਾਂ ਮਾਰੇ ਨਾ ਜਿੱਦਾਂ ਉਹ ਬੀਬੀ ਵਿਚਾਰੀ ਸਕੂਟਰ ਨੂੰ ਕਿੱਕਾਂ ਮਾਰੀ ਜਾਂਦੀ।
ਯਾਰ ਉਹ ਵਿਚਾਰੀ ਦੀ ਹੈਲਪ ਹੀ ਕਰ ਦੇ। ਲੈ ਦੱਸ ਮੇਰੇ ਕੋਲੋਂ ਹਿੱਲ ਨਹੀਂ ਹੋਣ ਡਿਆ ਤੇ ਹੈਲਪ ਕਿੱਥੋਂ ਹੋ ਜਾਣੀ ਆ, ਤੂੰ ਹੈਲਪ ਕਰ ਦੇ ਜਾ ਕੇ ਉਹਦੀ। ਪਰ ਪਹਿਲਾਂ ਗੌਰ ਨਾਲ ਦੇਖ ਲਈ ਭਰਾਵਾ, ਇਹ ਵੀ ਕਿਤੇ ਉਸੇ ਦਿਨ ਵਿਆਹ 'ਚ ਨਹੀਂ ਸੀ ਹੈਗੀ, ਮਤੇ ਛਤਰੌਲ ਦਾ ਐਪੀਸੋਡ ਨੰਬਰ 2 ਸ਼ੁਰੂ ਹੋ ਜਾਵੇ। ਮੈਡਮ ਪ੍ਰੋਬਲਮ ਹੈ ਜੀ। ਕੀ ਦੱਸਾਂ ਭਾਜੀ, ਕਿੰਨੀ ਦੇਰ ਹੋ ਗਈ ਮੈਨੂੰ ਸਟਾਰਟ ਕਰਦੇ ਨੂੰ, ਸਟਾਰਟ ਹੀ ਨਹੀਂ ਹੋ ਰਿਹਾ। ਮੈਂ ਟਰਾਈ ਕਰਾਂ। ਪਲੀਜ਼ ਤੁਸੀਂ ਕਰ ਦਿਓ ਜ਼ਰਾ। ਸ਼ੁਕਰੀਆ ਜੀ। ਛੋਟੀ ਜੀ ਮੇਰੇ ਵੱਲੋਂ ਪੇਜ। ਮੈਡਮ ਨਹੀਂ, ਮੈਂ ਤਾਂ ਉਦਾਂ ਹੀ। ਮੈਨੂੰ ਤੁਹਾਡੀ ਹੈਲਪ ਬਹੁਤ ਹੀ ਚੰਗੀ ਲੱਗੀ। ਮੈਡਮ ਨਹੀਂ ਮੈਨੂੰ ਲੈ ਦੱਸ, ਮੈਂ ਉਹਦੀ ਹੈਲਪ ਕੀਤੀ ਹੈ, ਉਹ ਜ਼ਬਰਦਸਤੀ 20 ਰੁਪਏ ਫੜਾ ਗਈ ਮੈਨੂੰ। ਲੈ ਦੱਸ, ਪਿਛਲੇ 3-4 ਮਹੀਨਿਆਂ 'ਚ ਭਰਾਵਾ 20 ਲੱਖ ਰੁਪਈਆ ਉਜਾੜਿਆ ਹੋਣਾ ਜੀ ਆਪਾਂ। ਆਪਾਂ ਹੀ ਲੈ 20 ਰੁਪਈਏ ਕਮਾਏ ਆਪਾਂ, ਉਹ ਵੀ ਸਕੂਟਰ ਨੂੰ ਸਿਰਫ ਹੱਥ ਲਾਉਣ ਦੇ। ਸਕੂਟਰਾਂ ਦੇ ਕੰਮ 'ਚ ਹੁੰਦਾ ਕੱਖ ਵੀ ਨਹੀਂ, ਹੱਥ ਲਾਉਣ ਦੇ ਪੈਸੇ ਲੈ ਲੈਣ ਦੇ। ਵੈਸੇ ਯਾਰ ਬੰਦਾ ਤਰੱਕੀ ਕਰਨ ਵਾਲਾ ਹੋਵੇ ਨਾ, ਤੇ ਸਕੂਟਰਾਂ ਦੀ ਵਰਕਸ਼ਾਪ 'ਚੋਂ ਜਹਾਜ਼ਾਂ ਦੀ ਵਰਕਸ਼ਾਪ ਖੋਲ ਸਕਦਾ। ਆਹੋ ਯਾਰ, ਨਾਲੇ ਬੰਦਾ ਜਹਾਜ਼ ਠੀਕ ਕਰੇ, ਨਾਲੇ ਜਹਾਜ਼ ਦੀ ਗੇੜੀ ਕੱਢ ਆਵੇ। ਵੈਰੀ ਗੁੱਡ ਯਾਰ, ਲਈਏ ਫਿਰ ਰੱਬ ਦਾ ਨਾਂ। ਮੈਨੂੰ ਲੱਗਦਾ ਸਾਨੂੰ ਨਜ਼ਰ ਲੱਗ ਗਈ ਕਿਸੇ ਦੀ। ਦੁਕਾਨ ਦਾ ਮੂਰਤ ਵੀ ਕਰਾਇਆ, ਪੂਜਾ ਪਾਠ ਵੀ ਕਰਾਇਆ, ਗਾਹਕ ਫਿਰ ਨਹੀਂ ਕੋਈ ਵੜਦਾ। ਸਮਝ ਨਹੀਂ ਲੱਗਦੀ ਚੱਕਰ ਕੀ ਹੈ। ਮੈਨੂੰ ਸਮਝ ਲੱਗ ਗਈ ਚੱਕਰ ਕੀ ਹੈ। ਉਹ ਬੇਵਕੂਫਾ, ਆਪਣੇ ਦੋਵਾਂ 'ਚ ਮਕੈਨਿਕ ਤਾਂ ਕੋਈ ਲੱਗਦਾ ਨਹੀਂ, ਤਾਂ ਗਾਹਕ ਇੱਥੇ ਕੀ ਲੈਣ ਆਵੇ। ਦੋਵੇਂ ਤਾਂ ਲੱਗਦੇ ਜਿੱਦਾਂ ਕੋਰੀਅਰ ਦੇਣ ਆਏ ਹੁੰਦੇ ਆ। ਦੋਵੇਂ ਮਸਲੇ ਹੱਲ ਹੋ ਗਏ, ਇੱਕ ਤੇ ਕਾਲੇ ਟਿੱਕੇ ਲੱਗ ਗਏ ਤੇ ਨਜ਼ਰ ਨਹੀਂ ਲੱਗਣੀ ਆਪਾਂ ਨੂੰ, ਔਰ ਦੂਸਰਾ ਮਕੈਨਿਕ ਵੀ ਲੱਗ ਰਹੇ ਆ ਪੂਰੇ ਹੁਣ। ਭਾਈ ਸਾਹਿਬ ਲੈ ਆਈਡੀਆ ਕੰਮ ਕਰ ਗਏ, ਗਾਹਕ ਵੀ ਆ ਗਏ। ਭਾਈ ਸਾਹਿਬ ਪੇਸ਼ਕਸ਼ ਹੈਗਾ ਤੁਹਾਡੇ ਕੋਲ? ਉਹ ਮਹਾਰਾਜ, ਕੋਈ ਸਬਜ਼ੀ ਦੀ ਦੁਕਾਨ ਥੋੜਾ, ਮਕੈਨਿਕਾਂ ਕੋਲ ਪੇਸ਼ਕਸ਼ ਨਹੀਂ ਹੋਏਗਾ ਤੇ ਹੋਰ ਟਿੰਡੇ ਹੋਣਗੇ ਜੀ। ਭਾਈ ਇੱਕ ਮਿੰਟ ਜਰਾ ਪੇਸ਼ਕਸ਼ ਦਿਓ ਜਰਾ। ਲੈ ਬਈ ਭਾਈ ਸਾਹਿਬ, ਪੇਸ਼ਕਸ਼ ਵੀ ਹੈਗਾ ਸਾਡੇ ਕੋਲ ਤੇ ਅਸੀਂ ਵੀ ਹੈਗੇ ਆ ਇੱਥੇ, ਦੋ ਮਕੈਨਿਕ। ਤੁਸੀਂ ਤਾਂ ਮੈਨੂੰ ਦਿਸ ਪਏ ਸੀ, ਪੇਸ਼ਕਸ਼ ਨਹੀਂ ਮੈਨੂੰ ਦਿਸਿਆ। ਸਾਡਾ ਕੰਮ ਹੋ ਗਿਆ ਜੀ, ਅਸੀਂ ਚੱਲਦੇ ਹਾਂ। ਪਰਸੋਂ ਦੀ ਦੁਕਾਨ ਖੋਲ੍ਹੀ ਹੈ, ਫੂਕ ਭਰਨ ਦੇ 8 ਰੁਪਏ ਕਮਾਏ ਜਿਹੜੇ ਕਮਾਏ ਆ, ਕੰਮ ਕਰਾਉਣ ਕੋਈ ਕੰਜਰ ਨਹੀਂ ਆਇਆ। ਭਾਜੀ ਕੋਈ ਮਕੈਨਿਕ ਕੰਜਰ ਨਹੀਂ ਮਿਲਿਆ ਰਾਹ 'ਚ, ਮੈਂ ਉੱਥੋਂ ਘਸੀੜਦਾ ਲੈ ਗਿਆ। ਤੁਸੀਂ ਅੰਦਰ 2 ਮਿੰਟ ਪੱਖੇ ਥੱਲੇ ਬਹਿ ਕੇ ਆਰਾਮ ਕਰੋ ਜੀ, ਹੁਣ ਵੇਖੋ ਨਾ ਜੀ, ਨੁਕਸ ਚੈੱਕ ਕਰਨ ਨੂੰ ਥੋੜਾ ਟਾਈਮ ਤਾਂ ਲੱਗੇਗਾ ਨਾ ਜੀ। ਟਾਈਮ ਲੱਗੇਗਾ? ਨਾ ਤੁਸੀਂ ਤਾਂ ਸੀਟੀ ਸਕੈਨ ਕਰਾਉਣਾ ਜਾਂ ਬਲੱਡ ਰਿਪੋਰਟਾਂ ਲੈਬੋਰਟਰੀ 'ਚ ਪੈਂਦੀਆਂ, ਉਹ ਮਕੈਨਿਕ ਤਾਂ ਇੱਕ ਵਾਰੀ ਵੇਖ ਕੇ ਦੱਸ ਦਿੰਦਾ ਜੀ ਨੁਕਸ ਕਿੱਥੇ ਹੈ। ਤੇ ਅਸੀਂ ਵੀ ਦੂਰੋਂ ਵੇਖ ਕੇ ਦੱਸ ਦੀ ਦੇਣਾ ਜੀ, ਇਹਨਾਂ ਨੇ ਚੈੱਕ ਕਰਨਾ, ਮੈਂ ਦੂਰੋਂ ਵੇਖਣਾ, ਮੈਂ ਦੱਸ ਦੇਣਾ ਨੁਕਸ ਕੀ ਹੈ। ਵੇਖੋ ਜੀ ਦੂਰੋਂ ਚੈੱਕ ਕਰੋ, ਕੋਈ ਚਾਬੀ, ਕੋਈ ਪਾਨਾ, ਪਲਾਸ, ਪੇਚਕਸ ਦੱਸੋ ਅੰਦਰੋਂ ਲਿਆਉਣਾ। ਤੇ ਕਰੰਟ ਤੇ ਹੈਗਾ? ਮੈਨੂੰ ਵੀ ਲੱਗਦਾ ਹੈਗਾ, ਮੈਨੂੰ ਲੱਗਦਾ ਕਾਫੀ ਕਰੰਟ ਹੈਗਾ। ਪਾਣੀ ਪਿਲਾਵਾਂ ਜੀ? ਪਾਣੀ ਰਸਤੇ ਬਹੁਤ ਸ਼ਬੀਲਾ ਲੱਗੀ ਹੈ, ਪੀਂਦਾ ਆ, ਇਹਨੂੰ ਚੈੱਕ ਕਰੋ ਤੁਸੀਂ। ਕੋਈ ਵੱਡਾ ਹੀ ਪੈ ਗਿਆ ਜੀ, ਪਰ ਸਕੂਟਰ ਬਚ ਤੇ ਜਾ ਕੇ ਨਾ।
ਦੇਖੋ ਭਾਈ ਸਾਹਿਬ, ਪਰਮਾਤਮਾ ਤੇ ਭਰੋਸਾ ਰੱਖੋ ਜੀ, ਉਹਦੇ ਘਰ ਦੇਰ ਆ ਹਨੇਰ ਨਹੀਂ। ਅਗਰ ਪਰਮਾਤਮਾ ਨੇ ਚਾਹਿਆ ਤੁਹਾਡਾ ਸਕੂਟਰ ਜ਼ਰੂਰ ਬਚ ਜਾਏਗਾ। ਪਰਮਾਤਮਾ ਇਹਦੀ ਉਮਰ ਲੰਮੀ ਕਰੇ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਕਦੋਂ ਤੱਕ ਠੀਕ ਹੋ ਜਾਏਗਾ? ਸ਼ਾਮ ਪੈ ਜਾਣੀ ਆ ਜੀ। ਸ਼ਾਮ ਪੈ ਜਾਣੀ ਆ? ਲੈ ਇੱਕੋ ਤੇ ਸਕੂਟਰ ਆਇਆ ਜੀ ਸਾਡੇ ਕੋਲ, ਇਹਦੇ ਤੇ ਸਾਰੀਆਂ ਰੀਝਾਂ ਲਾਉਣੀਆਂ ਆਪਾਂ। ਮਤਲਬ ਸ਼ਾਮੀ 5 ਵਜੇ ਤੱਕ ਕਰ ਦਿੰਦੇ ਆ ਜੀ। ਚਲੋ ਕਰੋ ਠੀਕ ਉਹਨੂੰ, ਸ਼ਾਮੀ 5 ਵਜੇ ਆਉਂਗਾ ਮੈਂ। ਹਾਂਜੀ ਹਾਂਜੀ, 5 ਵਜੇ ਆ ਜਾਓ, ਆ ਜਾਓ 5 ਵਜੇ ਆ ਜਾਓ, ਤੁਹਾਡਾ ਮਾਲ ਮਲਾਈ ਕੀਤਾ ਪਿਆ ਹੋਏਗਾ ਸੀ। ਕੱਖ ਨੀ ਹੋਣਾ ਇੱਥੋਂ, ਹੋਰ ਵੀ ਲਾਭੇ ਕੁਛ ਬੜਾ ਕੁਛ ਲੱਗਾ ਹੋਣਾ ਇਹਦੇ, ਪਹਿਲਾਂ ਇਹਦੇ ਤੇ ਨੀ ਚੱਲਦਾ, ਉੱਥੇ ਫੜ ਕੇ ਘੋਜਰ ਘੋਜਰ ਕਰਨ ਦੇ। ਕਿਹੜੇ ਪਾਸੇ ਕਰਾਂ? ਉਧਰੋਂ ਵੇਖ, ਮਾਮਾ ਇੰਜਣ ਇਧਰ ਥੱਲੇ ਕਿਧਰ ਵੇਖਣ ਡਿਆ? ਮੈਨੂੰ ਕੀ ਪਤਾ ਕਿਧਰ ਕਿਧਰ ਕੀ ਲੱਗਾ ਹੁੰਦਾ, ਮੈਂ ਬਣਾਉਂਦਾ ਰਿਹਾ ਸਕੂਟਰ। ਕੀ ਕਰੀਏ ਭਰਾਵਾ ਇਹਦਾ? ਫਿਰ ਖੋਲੋ ਇਹਨੂੰ, ਕੁਛ ਕਰੋ ਇਹਦੇ ਥੱਲੇ ਵੀ ਦੇਖੋ, ਇਹਦੇ ਥੱਲੇ ਦੇਖੋ ਕੀ ਹੈਗਾ, ਇਹਦੇ ਕੱਢ ਪੇਚ ਪੂਚ ਜੇ ਕਿੱਥੇ ਸਮਾਨ ਲੈ ਕੇ ਆਉਣਾ ਪੈਣਾ ਅੰਦਰੋਂ। ਅੰਦਰੋਂ ਸਭ ਕੁਛ ਖਟਿਆਲੇ ਲੱਡੂ ਬਹੁਤ ਮਸ਼ਹੂਰ ਆ, ਮੰਗਾਈਏ ਜੀ? ਲੱਡੂ ਤਾਂ ਮੈਂ ਵੰਡਾਂਗਾ ਜੀ ਜਦੋਂ ਮੇਰਾ ਦਾਜ ਵਾਲਾ ਸਕੂਟਰ ਠੀਕ ਹੋ ਕੇ ਮੇਰੇ ਸਾਹਮਣੇ ਆ ਗਿਆ। ਦੇਖੋ ਜੀ, ਦਾਜ ਲੈਣਾ ਵੀ ਬਹੁਤ ਵੱਡਾ ਪਾਪ ਹੈ, ਦਾਜ ਦੇਣਾ ਵੀ ਬਹੁਤ ਵੱਡਾ ਪਾਪ ਹੈ। ਦਾਜ ਆਪਣੇ ਆਪ 'ਚ ਇੱਕ ਬਹੁਤ ਵੱਡੀ ਲਾਹਨਤ ਹੈ। ਜੋ ਚੀਜ਼ਾਂ ਦਾਜ ਨੂੰ ਬੜਾਵਾ ਦਿੰਦੀਆਂ ਹਨ ਉਹਨਾਂ ਦਾ ਖਤਮ ਹੋ ਜਾਣਾ ਹੀ ਬਿਹਤਰ ਹੁੰਦਾ ਹੈ। ਇਸ ਦਾਜ ਦੇ ਖਿਲਾਫ਼ ਸਾਨੂੰ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਦਾਜ ਮੁਰਦਾਬਾਦ, ਦਾਜ ਦਾ ਸਕੂਟਰ ਮੁਰਦਾਬਾਦ, ਦਾਜ ਦਾ ਸਕੂਟਰ ਮੁਰਦਾਬਾਦ। ਸਪੀਚਾਂ ਨਾ ਦਿਓ, ਸਕੂਟਰ ਦਿਓ। ਕੋਈ ਸਕੂਟਰ ਦੀ ਟਰਾਈ ਲੈਣੀ ਹੈ? ਟਰਾਈ ਲੈਣ ਨਹੀਂ ਜੀ ਗਿਆ, ਬਸ ਅਸੀਂ ਆਪ ਹੀ ਟਰਾਈ ਮਾਰ ਕੇ ਵੇਖੀ ਹੈ ਜੀ। ਮੈਨੂੰ ਲੱਗਦਾ ਰਿਕਸ਼ਾ ਤੇ ਜਾਏਗਾ ਜੀ। ਕੀ ਪਤਾ ਤੁਹਾਡਾ, ਮੈਂ ਸਮਝਿਆ ਨਹੀਂ। ਮਤਲਬ ਸਮਝਾ ਦਿੰਦੇ, ਅੰਦਰ ਲੱਗੇ ਪਏ ਨੇ, ਉਹਨੇ ਆ ਜਾਣਾ ਸਾਹਮਣੇ ਬਸ। ਜਿਆਦਾ ਹੀ ਹੋ ਗਿਆ ਸੀ ਤੇ ਸਾਰਾ ਖੋਲਣਾ ਪੈ ਗਿਆ, ਪਰ ਗੱਲ ਨੀ ਬਣੀ। ਦਰਅਸਲ ਚੱਕਰ ਇਹ ਹੈਗਾ ਜੀ, ਸਾਨੂੰ ਨਾ ਸਕੂਟਰ ਖੋਲਣਾ ਆਉਂਦਾ ਜੀ, ਖੋਲ ਅਸੀਂ ਸਾਰਾ ਹੀ ਲਿਆ ਤੇ ਜੋੜਨ ਦੀ ਪ੍ਰੈਕਟਿਸ ਥੋੜੀ ਘੱਟ ਹੈਗੀ ਜੀ, ਕੋ ਜ਼ਿਆਦਾ ਸਮਝ ਨਹੀਂ ਆਈ ਤੇ ਤੁਸੀਂ ਫਿਕਰ ਨਾ ਕਰੋ, ਅਸੀਂ ਕੱਲਾ ਕੱਲਾ ਪੇਚ ਪੂਰੇ ਧਿਆਨ ਨਾਲ ਬੋਰੀ ਦੇ ਵਿੱਚ ਪੈਕ ਕਰ ਦਿੱਤਾ।
ਜਿੰਨਾ ਕੁੱਟਣਾ ਸੀ ਕੁੱਟ ਲਿਆ, ਖੋਲ ਤੇ ਜਾਓ ਪਤੰਦਰਾ।